ਮੈਂ ਸੁਣਨ ਵਾਲਿਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ FM 95 ਪੰਜਾਬ ਰੰਗ ਸੁਣ ਰਹੇ ਹੋ। ਮੈਂ ਇਹਦੇ ਜ਼ਰੀਏ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਪਾਕਿਸਤਾਨ ਦੇ ਕਿਆਮ ਨੂੰ 75 ਸਾਲ ਹੋ ਚੁੱਕੇ ਆ ਅਤੇ ਇਹ ਜਿਹੜਾ ਅਗਸਤ ਹੈ ਇਹ ਸਾਡੀ ਆਜ਼ਾਦੀ ਦਾ ਮਹੀਨਾ ਹੈ। 14 ਅਗਸਤ ਸਾਡੀ ਮਾਰ ਦੇ ਵਜੂਦ ਵਿੱਚ ਨਈ ਮੁਮਲਕਤ ਆਈ 14 ਅਗਸਤ 1947 ਨੂੰ ਅਤੇ ਹਕੂਮਤ ਪਾਕਿਸਤਾਨ ਜਿਹੜੀ ਆ ਇਸ ਸਿਲਸਿਲੇ ਵਿੱਚ 75 ਰੁਪਏ ਦਾ ਸਿੱਕਾ ਵੀ ਜਾਰੀ ਕਰ ਰਹੀ ਆ ਔਰ ਸਾਰੇ ਮੁਲਕ ਦੇ ਅੰਦਰ ਫੈਸਲਾ ਕੀਤਾ ਗਿਆ ਕਿ ਗੋਲਡਨ ਜੁਬਲੀ ਮਨਾਈ ਜਾਏ ਅਤੇ ਨੌਜਵਾਨਾਂ ਨੂੰ ਔਰ ਤਮਾਮ ਪਾਕਿਸਤਾਨੀ ਭਾਈਆਂ ਨੂੰ ਅਪੀਲ ਆ ਕਿ ਇਹਨਾਂ ਜਿਹੜੀ ਆਜ਼ਾਦੀ ਦੀ ਤਕਰੀਬਾਤ ਹੈ ਇਹਨਾਂ ਵਿੱਚ ਜੋਸ਼ੋ ਖਰੋਸ਼ ਨਾਲ ਹਿੱਸਾ ਲੈਣ ਔਰ ਆਜ਼ਾਦੀ ਬਹੁਤ ਬੜੀ ਨਿਮਤ ਹੈ। ਅੱਜ ਤੁਸੀਂ ਦੇਖੋ ਕਸ਼ਮੀਰੀਆਂ ਦੀ ਕੀ ਹਾਲਤ ਹੈ, ਫਲਸਤੀਨੀਆਂ ਦੀ ਕੀ ਹਾਲਤ ਹੈ। ਅੱਲਾਹ ਦਾ ਸ਼ੁਕਰ ਹੈ ਕਿ ਹਿੰਦੁਸਤਾਨ ਦੇ ਮੁਸਲਮਾਨਾਂ ਨੇ ਕਾਇਦੇ ਆਜ਼ਮ ਦੀ ਕਿਆਦਤ ਦੇ ਅੰਦਰ ਕੋਸ਼ਿਸ਼ ਕਰਕੇ ਔਰ ਇਹ ਮੁਲਕ ਹਾਸਲ ਕੀਤਾ। ਅਲਾਮਾ ਇਕਬਾਲ ਨੇ 1930 ਵਿੱਚ ਦਿੱਤਾ ਸੀ ਖੁਤਬਾ। ਉਸ ਤੋਂ ਬਾਅਦ ਤੁਸੀਂ ਦੇਖੋ 10 ਸਾਲ ਬਾਅਦ ਲਾਹੌਰ ਦੇ ਵਿੱਚ ਆਲ ਇੰਡੀਆ ਮੁਸਲਿਮ ਲੀਗ ਦਾ ਇਜਲਾਸ ਹੋਇਆ ਜਿਹਦੇ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਉਹਦੇ ਵਿੱਚ ਕਿਰਾਦਾ ਦੇ ਲਾਹੌਰ ਪਾਸ ਕੀਤੀ ਗਈ। ਅੱਛਾ, ਹਿੰਦੂ ਅਖਬਾਰਾਂ ਨੇ ਇਹਦਾ ਨਾਮ ਅਜ਼ਰਾਹੇ ਮਜ਼ਾਕ ਇਹਨੂੰ ਕਿਰਾਦਾ ਦੇ ਪਾਕਿਸਤਾਨ ਕਿਹਾ ਅਤੇ ਉਹ ਬਲਕਿ ਉਹਨਾਂ ਦੇ ਤਰਸਬ ਦੀ ਬਣਾ ਦੇ ਉੱਤੇ ਇੰਨੀ ਪਬਲਿਸਿਟੀ ਹੋਈ ਕਿ ਇੱਕ ਇੱਕ ਬੰਦੇ ਨੂੰ ਪਤਾ ਚੱਲਿਆ ਪਾਕਿਸਤਾਨ ਦਾ ਮਤਲਬ ਕੀ ਆ, ਪਾਕਿਸਤਾਨ ਕਿਸ ਵਕਤ ਸੇ ਬਣਾਉਣਾ ਚਾਹੁੰਦੇ ਆ। ਅਤੇ ਅੱਲਾਹ ਦਾ ਸ਼ੁਕਰ ਹੈ ਕਿ ਜਿਹੜਾ ਖੁਤਬਾ ਅਲਾਮਾ ਇਕਬਾਲ ਨੇ 1930 ਵਿੱਚ ਦਿੱਤਾ ਸੀ ਉਸੇ ਖੁਤਬੇ ਦੇ ਮੁਤਾਬਕ ਉਹੀ ਇਸ਼ਾਰਾਤ ਉਹੀ ਮੇਨ ਪੁਆਇੰਟ ਦੇ ਉੱਤੇ ਕਾਇਦੇ ਆਜ਼ਮ ਰਹਿਮਤ ਉੱਲਾਹ ਅਲੈਹ ਨੇ ਇੱਥੇ 22 ਮਾਰਚ 1940 ਨੂੰ ਤਕਰੀਰ ਕੀਤੀ ਔਰ ਉਹਦੇ ਵਿੱਚ ਤੁਸੀਂ ਦੇਖੋ ਕਿ ਬਹੁਤ ਕੰਮ ਅੰਗਰੇਜ਼ੀ ਚੱਲਣ ਵਾਲੇ ਲੋਕ ਸਨ। ਕਾਇਦੇ ਆਜ਼ਮ ਦੀ ਤਕਰੀਰ ਅੰਗਰੇਜ਼ੀ ਵਿੱਚ ਸੀ ਲੇਕਿਨ ਪਿੰਨ ਡਰਾਪ ਸਾਈਲੈਂਸ, ਬਿਲਕੁਲ ਸਕੂਟ ਖਾਮੋਸ਼ੀ ਔਰ ਤਮਾਮ ਲੋਕ ਸੁਣ ਰਹੇ ਸਨ। ਜਿੱਥੇ ਵੀ ਲੋਕ ਸ਼ਾਮੀ ਹਾਜ਼ਰੀਨ ਸਨ ਉਹ ਸਭ ਦਾ ਖਿਆਲ ਇਹ ਸੀ ਕਿ ਜੋ ਕੁਛ ਕਹਿੰਦੇ ਆ ਫਰਮਾ ਰਹੇ ਆ 100% ਦੁਰਸਤ ਫਰਮਾ ਰਹੇ ਆ ਔਰ ਅੱਲਾਹ ਦਾ ਸ਼ੁਕਰ ਹੈ ਕਿ ਕਾਇਦੇ ਆਜ਼ਮ ਜੈਸੀ ਮੁਖਲਿਸ ਕਿਆਦਤ ਹੈ ਜੀ ਔਰ ਕਾਇਦੇ ਆਜ਼ਮ ਜੈਸੇ ਮੁਦੱਬਰ ਲੀਡਰ ਮੁਸਲਮਾਨਾਂ ਨੂੰ ਮਿਲੇ ਔਰ ਉਹਨਾਂ ਨੇ ਤੁਸੀਂ ਦੇਖੋ ਕਿ 1940 ਦੀ ਕਿਰਾਦਾ ਤੋਂ ਬਾਅਦ 7 ਸਾਲ ਦੇ ਮੁਖਸਰ ਅਰਸੇ ਦੇ ਅੰਦਰ ਇਹ ਪਾਕਿਸਤਾਨ 14 ਅਗਸਤ 1947 ਨੂੰ ਮਾਜ਼ੇ ਵਜ਼ੂਦ 'ਚ ਆਇਆ। ਇਹ ਮੈਂ ਸਮਝਦਾ ਕਿ ਕਲਮੇ ਦੇ ਨਾਮ 'ਤੇ ਮੁਲਕ ਬਣਿਆ ਔਰ ਇਹ ਅੱਲਾਹ ਦਾ ਇੱਕ ਮੋਜ਼ਾ ਹੈ ਕਿ ਇਤਨੇ ਮੁਖਸਰ ਵਕਤ ਦੇ ਅੰਦਰ ਕਿਸੇ ਕੌਮ ਨੂੰ ਆਜ਼ਾਦੀ ਮਿਲੀ ਔਰ ਬਗੈਰ ਜੰਗ ਦੇ ਸਿਰਫ ਕਾਇਦਿਆਂ ਦੇ ਤਦੱਬਰ ਔਰ ਫਿਰਾਸਤ ਦੀ ਬੁਨਿਆਦ ਦੇ ਉੱਤੇ। ਅੰਗਰੇਜ਼ ਕਾਂਗਰਸ ਔਰ ਸਾਰੇ ਇਹ ਮੁਤਫਿਕ ਸਨ ਕਿ ਇਹਨਾਂ ਨੂੰ ਆਜ਼ਾਦੀ ਨਾ ਮਿਲੇ ਲੇਕਿਨ ਅੱਲਾਹ ਦਾ ਸ਼ੁਕਰ ਹੈ ਕਿ ਕਾਇਦਿਆਂ ਜੈਸੀ ਫਿਰਾਸਤ ਔਰ ਤਦੱਬਰ ਵਾਲੀ ਲੀਡਰਸ਼ਿਪ ਉਹਨਾਂ ਨੂੰ ਮੁਯੱਸਰ ਆਈ ਔਰ ਇਹਦੇ ਵਿੱਚ ਇਹਨਾਂ ਨੇ 14 ਅਗਸਤ 1947 ਨੂੰ ਇਹ ਆਜ਼ਾਦੀ ਹਾਸਿਲ ਹੋ ਗਈ।